ਜੇ ਤਾਂ ਤੁਸੀਂ ਤਕੜੇ ਸਾਨੂੰ ਨੁਮਾਇੰਦੇ ਦੇਤੇ ਤਾਂ ਫੇਰ ਦੇਖਿਓ ਇਹਨਾਂ ਦੀ ਧੌਣ ਦੇ ਉੱਤੇ ਵੋਟਾਂ ਰੱਖ ਕੇ ਪੁੱਛਾਂਗੇ ਇਹਨਾਂ ਨੂੰ। ਮੈਂ ਹੁਣ 78 ਸਾਲਾਂ ਦਾ ਹੋ ਗਿਆ, ਇਹ ਨਾ ਸਮਝੋ ਮੇਰਾ ਵੋਟਾਂ ਇਹਨਾਂ ਦੀ ਧੌਣ 'ਤੇ ਨਹੀਂ ਰੱਖਿਆ ਜਾਊਗਾ। ਮੈਂ ਪੁਲਿਸ ਵਿੱਚ ਨੌਕਰੀ ਕੀਤੀ ਹੈ, ਮੈਨੂੰ ਪਤਾ ਕਿਵੇਂ ਧੌਣ ਦੇ ਉੱਤੇ ਵੋਟਾਂ ਰੱਖੀ ਜਾਏ। 40 ਸਾਲ ਹੋ ਗਏ ਹੈ ਜਦੋਂ ਹਿੰਦੁਤਵ ਸਰਕਾਰ ਨੇ ਦਰਬਾਰ ਸਾਹਿਬ ਦੇ ਉੱਤੇ ਫੌਜ ਦੇ ਹਮਲੇ ਕੀਤੇ ਸੀਗੇ। ਉਹ ਜਿਹੜਾ ਮੌਕਾ ਸੀ ਮੇਰੀ ਜ਼ਿੰਦਗੀ ਦੇ ਵਿੱਚ ਇਹੋ ਜਿਹਾ ਜਾਬਰ ਹਮਲਾ ਸਿਰਫ 1762 ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਨੇ ਅਫਗਾਨ ਨੇ ਕੀਤਾ ਸੀ, ਪਰ 1984 ਦੇ ਵਿੱਚ ਇੰਦਰਾ ਗਾਂਧੀ ਬੀਜੇਪੀ ਤੇ ਬਾਕੀਆਂ ਦੀਆਂ ਪਾਰਟੀਆਂ ਨੇ ਸਾਡੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰਤਾ। ਪਹਿਲੇ ਹਮਲੇ ਦੇ ਵਿੱਚ ਬਾਬਾ ਦੀਪ ਸਿੰਘ ਜੋ ਟਕਸਾਲ ਦੇ ਪਹਿਲੇ ਮੁਖੀ ਸੀ ਉਹਨਾਂ ਨੇ ਅਬਦਾਲੀ ਦਾ ਮੁਕਾਬਲਾ ਕੀਤਾ। ਦੂਜਾ ਹਮਲਾ 1984 ਦਾ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਤਿੰਨ ਫੌਜਾਂ ਦਾ ਮੁਕਾਬਲਾ ਕੀਤਾ। ਹਿੰਦੁਸਤਾਨ ਦੀ ਸਰਕਾਰ ਸੀ, ਰੂਸ ਦੀ ਫੌਜ ਸੀ, ਬਰਤਾਨੀਆ ਦੀ ਫੌਜ ਸੀ। ਅੰਤ ਤੱਕ ਸਿੱਖ ਲੜਦੇ ਰਹੇ। 72 ਘੰਟੇ ਇਹ ਤਿੰਨ ਜਿਹੜੀਆਂ ਐਟਮ ਬੰਬ ਜਿੰਨਾ ਕੋਲੇ ਹੈਗੇ ਆ ਇਹਨਾਂ ਨੂੰ ਅੰਦਰ ਨਹੀਂ ਵੜਨ ਦਿੱਤਾ। ਸਿੱਖਾਂ ਨੇ ਤੇ ਉਹਨਾਂ ਦੇ ਆਗੂ ਸੰਤ ਜਰਨੈਲ ਸਿੰਘ ਨੇ ਜਦੋਂ ਅਗਲੇ ਦਿਨ ਮੈਂ BBC ਤੋਂ ਖਬਰ ਸੁਣੀ ਕਿ ਦਰਬਾਰ ਸਾਹਿਬ ਦੇ ਉੱਤੇ ਹਿੰਦ ਹਕੂਮਤ ਨੇ ਫੌਜੀ ਹਮਲੇ ਕਰਤੇ ਹੈ ਤੇ ਹਜ਼ਾਰਾਂ ਸਿੱਖ ਤੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਸ਼ਹੀਦ ਕਰ ਦਿੱਤੇ ਹੈ। ਮੇਰੀ ਰੂਹ ਨੂੰ ਇੰਨੀ ਸੱਟ ਲੱਗੀ ਕਿ ਮੈਂ ਆਪਣੀ ਨੌਕਰੀ ਤੋਂ ਅਸਤੀਫਾ ਦਿੱਤਾ ਔਰ ਉਸ ਦਿਨ ਤੋਂ ਲੱਗ ਕੇ ਅੱਜ ਤੱਕ ਜੋ ਸੰਤਾਂ ਦੇ ਬਚਨ ਸੀ
ਇਸ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨ ਹੈ, ਇੱਕ ਗਰੀਬ ਸਿੱਖੋ ਕੋ ਦੋ ਬਾਦਸ਼ਾਹ। ਸੰਤ ਜਰਨੈਲ ਸਿੰਘ ਪਿੰਡਰਾਂ ਵਾਲਿਆਂ ਨੇ ਕਿਹਾ, ਜਦੋਂ ਹਿੰਦ ਦੀਆਂ ਫੌਜਾਂ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰਨਗੀਆਂ, ਖਾਲਿਸਤਾਨ ਦਾ ਨੀਂਹ ਪੱਥਰ ਰੱਖਿਆ ਜਾਊਗਾ। ਉਹ ਦਿਨ ਗਿਆ, ਅੱਜ ਚੜ੍ਹਿਆ। ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੁਕਮ ਅਤੇ ਜੋ ਸੰਤ ਜਰਨੈਲ ਸਿੰਘ ਪਿੰਡਰਾਂ ਵਾਲੇ ਨੇ ਕਿਹਾ ਉਹਦੀ ਪਾਲਣਾ ਕਰਦਾ ਰਿਹਾ। ਜੇ ਮੈਂ ਇਕੱਲਾ ਰਹਿੰਦਾ ਤਾਂ ਸਫਲਤਾ ਨਹੀਂ ਸੀ ਹੋਣੀ। ਤੁਸੀਂ ਮੇਰੇ ਨਾਲ ਚੱਲੇ ਹੋ, ਮਾੜੇ ਟਾਈਮ ਵੀ ਆਏ ਹੈ, ਅਜੇ ਚੰਗਾ ਟਾਈਮ ਨਹੀਂ ਆਇਆ, ਪਰ ਤਾਂ ਵੀ ਤੁਸੀਂ ਸਿੱਖ ਕੌਮ ਦੀ ਆਜ਼ਾਦੀ ਦੀ ਗੱਲ ਛੱਡੀ ਨਹੀਂ ਹੈ। ਮੈਨੂੰ ਬੜਾ ਫਖਰ ਹੈ ਕਿ ਅੱਜ ਸਾਡੀ ਸਟੇਜ ਦੇ ਉੱਤੇ ਸਰਦਾਰ ਅੰਮ੍ਰਿਤਪਾਲ ਸਿੰਘ ਜੋ ਜੇਲ੍ਹ ਦੇ ਵਿੱਚ ਹੈਗੇ ਹੈ, ਖਡੂਰ ਸਾਹਿਬ ਦੇ ਕੈਂਡੀਡੇਟ ਹੈ, ਉਹਨਾਂ ਦੇ ਮਾਤਾ ਜੀ ਬੀਬੀ ਰਜਿੰਦ ਕੌਰ ਇੱਥੇ ਆਏ, ਸਟੇਜ ਤੋਂ ਬੋਲੇ। ਬੀਬੀ ਖਾਲੜਾ ਜੀ ਜਿਨ੍ਹਾਂ ਨੇ ਬਹੁਤ ਦੁੱਖ ਝੱਲਿਆ, ਜੋ ਜਸਵੰਤ ਸਿੰਘ ਖਾਲੜੇ ਨੂੰ ਬੰਦ ਬੰਦ ਕਰਕੇ ਦਿੱਲੀ ਦੀ ਹਕੂਮਤ ਦੇ KPS ਗਿੱਲ ਨੇ ਕੱਟਿਆ, ਉਹ ਵੀ ਅੱਜ ਇੱਥੇ ਬਰਾਜੇ ਹੋਏ ਹੈ। ਇਹ ਸਾਰੇ ਵੀਰਾਂ ਦਾ ਇੱਥੇ ਆਉਣਾ ਸਾਨੂੰ ਹੌਸਲਾ ਮਿਲਦਾ ਕਿ ਜਿਹੜਾ ਜੰਗ ਅਸੀਂ ਲੜ ਰਹੇ ਹਾਂ ਉਹ ਅਜਾਇਆ ਨਹੀਂ ਗਿਆ, ਉਹਨੂੰ ਫਲ ਲੱਗ ਰਿਹਾ। ਇਹ ਫਲ ਨੂੰ ਪੱਕਣਾ ਪਊਗਾ, ਜੋ ਕਰਕੇ ਜੋ ਹਮਲੇ ਹਿੰਦ ਹਕੂਮਤ ਨੇ ਸਿੱਖ ਕੌਮ ਦੇ ਉੱਤੇ ਲਗਾਤਾਰ ਕੀਤੇ ਹੈ ਇਹ ਬਰਦਾਸ਼ਤ ਤੋਂ ਦੂਰ ਹੈ। ਕਾਹੜ ਜਿੱਤ ਪ੍ਰਾਪਤ ਕਰਕੇ ਪਾਰਲੀਮੈਂਟ ਦੇ ਵਿੱਚ ਪਹੁੰਚੀਏ ਔਰ ਅੱਖ ਨਾਲ ਅੱਖ ਮਿਲਾ ਕੇ ਇਹ ਜਾਬਰਾਂ ਤੋਂ ਪੁੱਛੀਏ ਕਿ ਇਹ ਜਿਹੜੇ ਜਬਰ ਕੀਤੇ ਹੈ ਤੁਸੀਂ ਕਿਉਂ ਕੀਤੇ ਹੈ? ਜੇ ਤਾਂ ਤੁਸੀਂ ਤਕੜੇ ਸਾਨੂੰ ਨੁਮਾਇੰਦੇ ਦੇਤੇ ਤਾਂ ਫੇਰ ਦੇਖਿਓ ਇਹਨਾਂ ਦੀ ਧੌਣ ਦੇ ਉੱਤੇ ਗੋਡਾ ਰੱਖ ਕੇ ਪੁੱਛਾਂਗੇ ਇਹਨਾਂ ਨੂੰ। ਮੈਂ ਹੁਣ 78 ਸਾਲਾਂ ਦਾ ਹੋ ਗਿਆ, ਐ ਨਾ ਸਮਝੋ ਮੇਰਾ ਗੋਡਾ ਇਹਨਾਂ ਦੀ ਧੌਣ 'ਤੇ ਨਹੀਂ ਰੱਖਿਆ ਜਾਊਗਾ।
ਜੀ ਨੌਕਰੀ ਕੀਤੀ ਹੈ, ਮੈਨੂੰ ਪਤਾ ਕਿਵੇਂ ਧੌਣ ਦੇ ਉੱਤੇ ਗੋਡਾ ਰੱਖੀ ਦਾ। ਸੋ ਸਾਧ ਸੰਗਤ ਜੀ, ਮੇਰਾ ਖਿਆਲ ਹੈ ਕਿ ਹੁਣ ਇਹ ਮੇਰਾ ਆਖਰਾ ਨਕਸ਼ਨ ਹੈ। ਇਸ ਤੋਂ ਬਾਅਦ ਪੰਚ ਤੁਹਾਨੂੰ ਨਵਾਂ ਜਥੇਦਾਰ ਦਿਓਗੀ, ਜਿਹੜਾ ਉਹੀ ਲਈ ਗੁਰੂ ਗੋਬਿੰਦ ਸਿੰਘ ਮਹਾਰਾਜ, ਜਿਹੜੀ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਨੇ ਦਿੱਤੀ ਹੈ, ਅਤੇ ਜਿਹੜੀ ਲੀਜ ਦੇ ਉੱਤੇ ਪਿਛਲੇ 40 ਸਾਲਾਂ ਤੋਂ ਆਪਾਂ ਚੱਲਦੇ ਰਹੇ ਹਾਂ। ਆਸ ਕਰਦੇ ਹਾਂ ਕਿ ਖਾਲਸਾ ਕਦੇ ਹਾਰ ਨਹੀਂ ਮੰਨੂਗਾ, ਹਮੇਸ਼ਾ ਜਿੱਤ ਦੇ ਵੱਲ ਚੜ੍ਹਦੀ ਕਲਾ ਦੇ ਵਿੱਚ ਚੱਲੂਗਾ ਔਰ ਜਿੱਤੂਗਾ ਅਤੇ ਆਪਣਾ ਦੇਸ਼ ਬਣੂਗਾ। ਸੋ ਸਤਿ ਸ਼੍ਰੀ ਅਕਾਲ।